ਲਓ ਵੀ ਅੱਜ ਖਾਸੇ ਦਿਨਾਂ ਬਾਅਦ ਘਰ ਆਇਆ ਸੀ ਅਤੇ ਘਰ ਆਉਂਦੇ ਨੂੰ ਹੀ ਖੋਆ ਬਣਾ ਕੇ ਰੱਖਿਆ ਮੇਰੀ ਮਾਂ ਨੇ। ਇਹ ਚੀਜ਼ਾਂ ਨਾ ਜਿਹੜੀਆਂ ਇਹ ਘਰ ਹੀ ਖਾਣ ਨੂੰ ਮਿਲਦੀਆਂ ਨੇ, ਬਾਹਰ ਕਿੱਥੇ, ਬਾਹਰ ਤਾਂ ਬਸ। ਕਿਉਂ ਮਾਤਾ, ਐਨਕਾਂ ਕਿੱਥੋਂ ਲਵਾਈਆਂ? ਹਾਂ ਹਾਂ, ਨਿਗਾਹ ਵਾਲੀਆਂ ਨੇ, ਹੋਰ ਲਵਾਈ ਬੈਠੀਆਂ ਨਿਗਾਹ ਵਾਲੀਆਂ ਨੇ। ਕਿੰਨੇ ਨੰਬਰ ਲੱਗ ਗਿਆ ਫਿਰ? ਪੌਣੇ ਦੋ। ਫਿਰ ਨਾਲ ਆਇਆ ਕਰ ਨਿਗਾਹ ਤੇ। ਬੈਠੀ ਰਿਹਾ ਕਰ ਪਹਿਲੀ। ਹੋਰ ਪਹਿਲਾਂ ਮੈਂ ਤੇਰੀ ਖਾਤਰ ਖੋਆ ਕੱਢਿਆ। ਹਾਂ, ਪਹਿਲਾਂ ਗਜਰੇਲਾ ਬਣਾਇਆ, ਉਹ ਵੀ ਹਾਰ ਕੇ ਮੈਂ ਆਪ ਹੀ ਖਾ ਗਈ। ਹੁਣ ਖੋਆ ਬਣਾਇਆ, ਹੁਣ ਤੂੰ ਅੱਜ ਆਇਆ ਖੋਆ। ਸੱਚ ਮੈਂ ਆਪਦੇ ਮਿੱਤਰ ਨੂੰ ਜਾਣਾ ਮਿਲਣ, ਬਿਮਲ ਦੀ ਜਿਹੜਾ ਆਸਟ੍ਰੇਲੀਆ ਤੋਂ ਆਇਆ ਗਾ, ਤੇ ਉਹਨੂੰ ਵੀ ਲੈ ਕੇ ਜਾਣਾ ਹੈਗਾ। ਪਿੰਨੀ ਆ ਨਾ ਡੱਬੇ 'ਚ ਪਾ ਦੇ, ਬਣਿਆ ਪਿਆ ਲੈ ਜਾ ਚੱਕ ਕੇ। ਠੀਕ ਆ, ਹਰਸ਼ ਦੇ ਕੋਟ ਫਿੱਟ ਆ ਗਿਆ ਮੁੜ ਕੇ, ਹਰਸ਼ ਆਇਆ ਹੀ ਨਹੀਂ। ਹਰਸ਼ ਕਿਹੜਾ ਕੋਟ? ਜੋ ਕਹਿੰਦਾ ਸੀ ਆਂਟੀ ਖੋਆ ਬਣਾ ਦੀ, ਮੈਂ ਵਿਆਹ ਮੇਰਾ ਪਿੰਨੀਆਂ ਖਾਣੀਆਂ ਨੇ। ਅੱਛਾ, ਲਾਂਭਾ ਹੈ ਨਾ ਵੀ ਘਰੇ ਨਹੀਂ ਆਇਆ ਵਿਆਹ ਤੋਂ ਬਾਅਦ, ਰੋਟੀ 'ਤੇ ਆਉਣਾ ਚਾਹੀਦਾ ਹੈ ਨਾ। ਮੈਂ ਵੈਸੇ ਘਰੇ ਆਇਆ ਉਹਨਾਂ ਨੂੰ ਰੋਟੀ, ਬਾਹਰ ਲੈ ਗਿਆ ਸੀ ਮੈਂ ਦੋਨਾਂ ਨੂੰ। ਅੱਛਾ, ਮੈਂ ਕਿਹਾ ਵੀ ਤੈਨੂੰ ਪਤਾ ਫਿਰ ਘਰੇ ਤਾਂ ਮੈਂ ਵੜਦਾ ਨਹੀਂ, ਫਿਰ ਮੈਂ ਬਾਹਰੋਂ ਬਾਹਰ ਹੀ ਉਹਨਾਂ ਨੂੰ ਰੋਟੀ ਕਰਿਆ ਆ। ਠੀਕ, ਲੈ ਫਿਰ ਮਾਂ ਬਣ ਕੇ ਮੇਰੀ ਨਾ ਆਹ ਡੱਬੇ 'ਚ ਪਾ ਕੇ ਪੈਕ ਕਰ ਦੇ, ਬਿਮਲ ਨੂੰ ਲੈ ਕੇ ਜਾਣੀ ਆ। ਮੇਰਾ ਯਾਰ ਮਿੱਤਰ ਆ, ਉਹ ਖਾਸੇ ਟਾਈਮ ਬਾਅਦ ਆਇਆ ਆਸਟ੍ਰੇਲੀਆ ਤੋਂ, ਉਹਨੂੰ ਵੀ ਖਵਾ ਦਾਂਗੇ। ਠੀਕ ਆ, ਲੈ ਜਾ ਫਿਰ ਚੱਕ ਕੇ। ਹਾਂ ਵੀ ਸ਼ੇਰੋ, ਖੋਆ ਖਾਣਾ ਫਿਰ ਕਿਸੇ ਨੇ? ਬਾਕੀ ਠੰਡ ਆ ਗਈ, ਖੋਆ ਖੂਆ ਬਣਾ ਲਓ ਘਰੇ। ਬਾਕੀ ਪਿੰਡਾਂ ਵਾਲਿਆਂ ਦਾ ਤਾਂ ਪਤਾ ਹੀ ਆ ਤੁਹਾਨੂੰ, ਜਿਨ੍ਹਾਂ ਦੇ ਮੱਝਾਂ ਮੁੱਝਾਂ ਰੱਖੀਆਂ ਹੁੰਦੀਆਂ ਨੇ, ਉਹਦਾ ਬਸ ਠੰਡ ਦੇ ਵਿੱਚ ਖੋਆ ਪੰਜੀਰੀ ਇਹੋ ਜਿਹਾ ਕੁਝ ਬਣਾਈ ਰੱਖਦੇ ਆ। ਸ਼ਹਿਰਾਂ ਵਾਲਿਆਂ ਦਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਬਾਕੀ ਕੋਈ ਗੱਲ ਨਹੀਂ, ਆਪਣੇ ਘਰੇ ਬਣਿਆ ਹੋਇਆ, ਜੇ ਕਿਸੇ ਨੇ ਖਾਣਾ ਆ ਜਾਓ ਬਈ। ਕਿਉਂ, ਪੰਜੀਰੀ ਵੀ ਬਣੀ ਹੋਈ ਆ ਪਿੱਛੋਂ? ਕਿਵੇਂ, ਮਾਂ ਕਹਿੰਦੀ ਪੰਜੀਰੀ ਵੀ ਬਣੀ ਹੋਈ ਆ। ਦੇਖ ਲਓ ਵੀ ਜਿਹਨੇ ਪੰਜੀਰੀ ਖੋਆ ਖਾਣਾ ਆ ਜਾਓ ਆਪਣੇ ਘਰੇ, ਬੋਪਾ ਰਾਏ ਖੁਰਦ ਰਜਾ ਕੇ ਤੋਰਾਂਗੇ, ਨਾਲ ਵੀ ਪੈਕ ਕਰਕੇ ਦੇ ਦਾਂਗੇ। ਹੈਂ, ਲੈ ਵੀ ਮੇਰੀ ਮਾਂ ਪੈਕ ਕਰ ਲਈ ਡੱਬਾ ਬਿਮਲ ਦੇ ਲਈ ਹੈ ਨਾ। ਡੱਬਾ ਤਾਂ ਮੇਰਾ ਪੁਰਾਣਾ ਜਿਹਾ ਹੀ ਆ। ਲੈ ਪੁਰਾਣੇ ਨੂੰ ਕੀ ਆ, ਪਿਆਰ ਹੋਣਾ ਚਾਹੀਦਾ ਖੋਏ 'ਚ। ਖੋਆ ਵਧੀਆ ਇਹ, ਹੁਣ ਆਪਦੇ ਆਸਟ੍ਰੇਲੀਆ ਵਾਲੇ ਭਰਾ ਲਈ ਮੈਂ ਲੈ ਕੇ ਚੱਲਿਆ ਖੋਆ। ਲੈ ਵੀ ਬਿਮਲ ਸਿਆਂ, ਕਰਤਾ ਪੈਕ ਤੇਰੇ ਲਈ। ਲਓ ਵੀ ਆਹ ਧਰ ਲਿਆ ਆਪਾਂ ਡੱਬਾ। ਠੀਕ ਆ ਫਿਰ ਮਾਂ, ਮੈਂ ਅੱਜ ਸ਼ਾਇਦ ਹੀ ਆਵਾਂ। ਉਹਨੂੰ ਪੁੱਛ ਕੇ ਵੀ ਆਈ ਵੀ ਡਾਕਟਰ ਵਧੀਆ ਤੁਹਾਡੇ ਪਿੰਡ, ਡੈਡੀ ਦਾ ਗੋਡਾ ਦਿਖਾਉਣਾ, ਮਹਿਲਕਲਾਂ ਸਾਰਾ ਪਤਾ ਕਰਕੇ ਆਉਂਦਾ। ਬਸ ਤੂੰ ਲੱਭ ਦੀ ਕੋਈ ਡਾਕਟਰ ਵਧੀਆ ਹੋਵੇ, ਬਹੁਤ ਥਾਈਂ ਦਿਖਾ ਲਿਆ। ਬਸ ਠੀਕ ਆ, ਅੱਜ ਪਤਾ ਕਰਕੇ ਆਉਣਾ ਮਹਿਲਾ, ਫਿਰ ਫਿਰ ਲੈ ਕੇ ਆਉਣਾ ਡੈਡੀ ਨੂੰ। ਚੱਲ ਠੀਕ ਆ, ਓਕੇ ਓਕੇ। ਲਓ ਬਈ ਖਿੱਚਦੀ ਹੁਣ ਗੱਡੀ ਆਪਾਂ ਮਹਿਲਕਲਾਂ ਵੱਲ ਨੂੰ। ਲਓ ਬਈ ਮਿੱਤਰੋ, ਆਹ ਤੁਹਾਨੂੰ ਮਿਲਾਉਣੇ ਆ ਆਪਾਂ ਆਪਦੇ ਯਾਰ ਦੋਸਤ ਦੇ ਨਾਲ, ਬਿਮਲ ਦੇ ਨਾਲ। ਬਿਮਲ ਹੋਰ ਠੀਕ ਠਾਕ ਆ? ਵਧੀਆ ਵਧੀਆ ਬਾਈ, ਤੁਸੀਂ ਦੱਸੋ ਬਾਈ। ਆ ਵੀ ਆਪਣਾ ਭਰਾ ਗਾ ਸੈੱਟ ਆ ਫਿਰ। ਠੀਕ ਆ ਬਾਈ, ਹੈਂ ਕੈਮਰਾ ਦੇਖ ਕੇ ਤੂੰ ਹੀ ਸੰਗ ਹੀ ਆ ਨਾ ਮੇਰੇ ਵਾਂਗੂ। ਹੋਰ ਯਾਰ, ਹੈਂ ਆਇਆ ਨਹੀਂ ਕਦੇ ਕੈਮਰੇ ਸਾਹਮਣੇ।
ਕੋਈ ਗੱਲ ਨੀ, ਤੇਰੀ ਜੱਗ ਖੋਲ ਦਾਂਗੇ ਹੁਣ। ਕਿੰਨੇ ਟਾਈਮ ਬਾਅਦ ਆਏ ਆ? 4 ਸਾਲ ਹੋ ਗਏ। ਹਾਂ 4 ਸਾਲ ਹੋ ਗਏ। 4 ਸਾਲਾਂ ਬਾਅਦ ਇੱਥੇ ਆਇਆ ਹਨਾ, ਛੋਟੀ ਉਮਰ ਚ ਜਾ ਉੜਿਆ ਸੀ ਤੂੰ ਤਾਂ। 18 ਸਾਲ ਦੇ ਸੀ। ਤੂੰ ਜਿਹੋ ਜਿਹਾ ਤੂੰ ਗਿਆ ਸੀ ਹੁਣ ਵੀ ਤੂੰ ਉਹੀ ਜਿਹਾ ਮੁੜਿਆ ਆ ਹਨਾ, ਜਮਾ ਨੀ ਬਦਲਿਆ। ਸਹੀ ਗੱਲ ਆ, ਸਾਡਾ ਅਜੇ ਥੋੜਾ ਜਿਹਾ ਪੈ ਗਿਆ ਮੂੰਹਾਂ ਦਾ ਫਰਕ ਸਾਰਾ, ਤੇਰਾ ਉਵੇਂ ਹੀ ਆ। ਚੱਲ ਫਿਰ ਕੇਰਾ ਨਾ ਤੂੰ ਗੱਡੀ ਚੋਂ ਨਿਕਲ ਬਾਹਰ, ਲੈ ਵੀ ਸਾਡੀ ਜੱਫੀ ਪਾਉਂਦੇ ਆ ਨਾ, ਫੋਨ ਆਈ ਲੈਣਾ, ਆ ਜਾ ਬਾਹਰ ਨਿਕਲ ਜਾ, ਕੀ ਦੇਸੀ ਜੇ ਬੰਦੇ ਆ ਭਰਾਵਾ। ਮੈਨੂੰ ਵੀ ਆਏ ਸੀ, ਮੈਂ ਕਿਹਾ ਯਾਰ ਵੀ 4 ਸਾਲ ਹੋ ਗਏ ਹਨਾ, 4 ਸਾਲਾਂ ਬਾਅਦ ਜਦੋਂ ਬੰਦਾ ਆਉਂਦਾ ਹੈਗਾ ਹਨਾ, ਯਾਰ ਦੋਸਤ ਯਾਰ ਬੇਲੀ ਹੋਰ ਹੋਰ, ਹੁਣ ਚਾਹ ਤਾਂ ਹੁੰਦਾ ਹੀ ਆ, ਮੈਂ ਇਹੀ ਗੱਲਾਂ ਕਰਦਾ ਹੁੰਦਾ ਸੀ ਰਾਹ ਚ। ਮੈਂ ਕਿਹਾ ਜਿੰਨਾ ਚਾਹ ਮੇਰੇ ਦਿਲ ਚ ਆਪਦੇ ਯਾਰ ਦੋਸਤ ਨੂੰ ਮਿਲਦਾ, ਮੈਂ ਕਿਹਾ ਉਹਦੇ ਦਿਲ ਚ ਮੈਂ ਕਿਹਾ ਦੁੱਗਣਾ ਚਾਹ ਹੋਊਗਾ। ਲੈ ਵੀ ਤੇਰੇ ਲਈ ਮੈਂ ਮਾਤਾ ਨੂੰ ਜਦੋਂ ਦੱਸਿਆ ਨਾ ਬਿਮਲ ਆਉਂਦਾ ਗਾ। ਅੱਛਾ ਅੱਛਾ, ਆਹ ਦੇਖ ਲਾ, ਧੰਨਵਾਦ। ਖੋਆ ਪੈਕ ਕਰਾ ਕੇ ਲਿਆਂਦਾ ਮਾਤਾ ਤੋਂ, ਧੰਨਵਾਦ। ਮਾਤਾ ਕਹਿੰਦੀ ਲੈ ਜਾ, ਕਹਿੰਦੀ ਡੱਬਾ ਬਿਮਲ ਤਾਂ ਆ ਜਾਣੀ, ਕਹਿੰਦੀ ਘਰੇ ਮੈਨੂੰ ਮਿਲਣ। ਆਉਂਗਾ ਜ਼ਰੂਰ, ਆਉਂਗਾ ਹੈਂ ਜ਼ਰੂਰ ਆਉਣੀ। ਆਹ ਇੱਦਾਂ ਇੱਦਾਂ ਕਰ ਲੈਂਦੇ ਹਾਂ, ਬਾਹਰ ਇੱਦਾਂ ਕਰ ਲਾ ਫਿਰ ਤਾਂ ਇੱਦਾਂ। ਸਵਾਦ ਬਹੁਤ ਅੱਧਾ ਹੈਗੀ, ਤੁਸੀਂ ਤਾਂ ਸਾਰੀ ਵੀ ਖਾ ਜਾਣੀ ਆ ਇਹ। ਸਹੀ ਗੱਲ ਆ ਵੇ, ਹੁਣ ਤੂੰ ਐਂ ਦੇਖੀ ਜਦੋਂ ਤੂੰ ਜਾਣਾ ਹੋਇਆ ਨਾ, ਮੈਂ ਦੱਸ ਦੀ ਉਦੋਂ ਆਪਾਂ ਮੰਮੀ ਨੂੰ ਕਹਿ ਕੇ ਹੋਰ ਕਢਾ ਲਾਂਗੇ। ਆਹੋ, ਆ ਸਰਦੀਆਂ ਹਰਦੀਆਂ ਤੂੰ ਜਿੰਨਾ ਟਾਈਮ ਹੈਗਾ ਨਾ ਇੱਥੇ, ਬਾਹਰ ਕਿੱਥੇ ਖੋਆ ਖੂਆ ਮਿਲਦਾ, ਆਸਟ੍ਰੇਲੀਆ ਤੈਨੂੰ ਪਤਾ ਹੀ ਆ, ਉੱਥੇ ਦਾ ਤੂੰ ਉਹੀ ਖਾਂਦਾ ਹੋਏਗਾ, ਪੀਜ਼ਾ ਹੋ ਗਿਆ, ਬਰਗਰ, ਰੋਟੀ ਰੋਟੀ ਲਾਉਣੀ ਸਿੱਖ ਜਾਊਂਗਾ ਹੁਣ ਤਾਂ ਕਿ ਨਹੀਂ। ਟਿਫਨ ਲਵਾਇਆ ਹੋਇਆ ਯਾਰ ਉੱਥੇ। ਟਿਫਨ ਲਵਾਇਆ ਆਪ ਨਹੀਂ ਲਾਉਂਦਾ ਤੂੰ ਰੋਟੀ? ਨਾ ਯਾਰ, ਉਹੀ ਕੰਮ ਘੰਟਾ 2 ਘੰਟੇ ਜ਼ਿਆਦਾ ਕਰ ਲਈਦਾ। ਅੱਛਾ ਯਾਰ, ਐਂ ਰੋਟੀ ਬਣਾਉਣਾ ਥੋੜ੍ਹਾ ਜਿਹਾ ਔਖਾ ਹੈਗਾ, ਜਦੋਂ ਤੜਕੇ 7 ਵਜੇ ਜਾਣਾ ਅਤੇ ਸ਼ਾਮ ਨੂੰ 5 ਵਜੇ ਆਉਣਾ, ਅਤੇ ਥੱਕੇ ਹਾਰੇ ਹੁੰਦੇ ਹਾਂ ਯਾਰ, ਤਾਂ ਕਰਕੇ ਰੋਟੀ ਬਣਾਈ ਨਹੀਂ ਜਾਂਦੀ। ਰੋਟੀ ਬਣਾਉਣ ਨੂੰ ਵੀ ਐਂ ਯਾਰ, ਵਿਆਹ ਹੀ ਕਰਾ ਲਾ, ਵਿਆਹ ਹਾਲੇ ਆਉਣ ਹੀ ਹੁੰਦਾ, ਬਹੁਤ ਛੋਟੀ ਉਮਰ ਆ। ਹੈਂ? ਛੋਟੀ ਉਮਰ ਆ, ਛੋਟੀ ਉਮਰ ਨੂੰ ਕੀ ਆ? ਨਹੀਂ ਬਾਈ, 18 ਤੋਂ ਤਾਂ ਉੱਤੇ ਆ। ਨਹੀਂ ਉਹ ਤਾਂ ਚੱਲ ਠੀਕ ਆ, ਹਾਲੇ ਇੰਨੇ ਇੰਨੇ ਸਿਆਣੇ ਵੀ ਨਹੀਂ, ਹਾਲੇ 22 ਸਾਲਾਂ ਦੇ ਹੀ ਹੈ ਨਾ। ਸਿਆਣਾ ਤਾਂ ਕੋਈ ਨਹੀਂ, ਹੁਣ ਕਮਾਉਣ ਲੱਗ ਗਿਆ ਤੂੰ, ਉਦੋਂ ਬੰਦਾ ਜ਼ਿੰਮੇਵਾਰੀ ਹੋ ਜਾਂਦਾ, ਕਿਉਂ ਵੀ ਜਦੋਂ ਘਰ ਦੇ ਬੇਫਿਕਰ ਹੋ ਜਾਣ ਵੀ ਪੈਸੇ ਭੇਜੀ ਜਾਂਦਾ, ਹੈਂ ਸਾਰਾ ਕੁਝ ਸੈੱਟ। ਵਿਆਹ ਵੀ ਕਦੋਂ ਕਰਾਉਣਾ ਫਿਰ? ਹਾਲੇ ਤਾਂ ਨਹੀਂ ਯਾਰ, ਹਾਲੇ ਤਾਂ ਭਰਾ ਦਾ ਕਰਨਾ ਆਪਾਂ ਵੱਡੇ ਦਾ, ਫਿਰ ਉਦੋਂ ਬਾਅਦ ਚ ਸੋਚੇਗਾ। ਭਰਾ ਦੇ ਵਿਆਹ ਕਰਕੇ ਤਾਂ ਆਏ ਆ। ਇਹ ਆ ਮੇਰਾ ਮਿੱਤਰ, ਮੈਂ ਅੱਜ ਨਾ ਘਰੋਂ ਹੀ ਵੀਡੀਓ ਸਟਾਰਟ ਕਰਤੀ, ਮੈਂ ਸੌਂ ਲੱਗੇ, ਮੈਂ ਲੱਗਦਾ ਇਹ ਪਹਿਲੀ ਜਾਂ ਦੂਜੀ ਵੀਡੀਓ ਆ ਜਿਹੜੀ ਮੈਂ ਐਂ ਬਣਾਈ ਆ। ਅੱਛਾ ਅੱਛਾ, ਅਤੇ ਅੱਜ ਮੈਂ ਘਰੋਂ ਹੀ ਵੀਡੀਓ ਸਟਾਰਟ ਕਰਤੀ, ਮੈਂ ਕਿਹਾ ਵੀ ਅੱਜ ਮੈਂ ਆਪਦੇ ਆਸਟ੍ਰੇਲੀਆ ਵਾਲੇ ਮਿੱਤਰ ਨੂੰ ਮਿਲਣ ਜਾਣਾ। ਵਧੀਆ, ਅਤੇ ਸਾਰੇ ਹੀ ਫਿਰ ਮੈਂ ਕਿਹਾ ਵੀ ਕਿਉਂ ਨਾ, ਇਹ ਵੀ ਪਲ ਜ਼ਰੂਰੀ ਆ ਸਾਹਮਣੇ। ਹੋਰ ਹੋਰ, ਪਹਿਲੀ ਵਾਰ ਆਇਆ ਤੂੰ ਆਸਟ੍ਰੇਲੀਆ ਤੋਂ ਇੱਥੇ, ਇਹ ਆਪਾਂ ਚੀਜ਼ ਹੁਣ ਨਾ ਇਹ ਯਾਦਗਾਰੀ ਜੀ ਬਣ ਜਾਂਦੀ ਆ, ਹੁਣ ਕਿਤੇ ਆਪਾਂ ਬਾਅਦ 'ਚ ਜਦੋਂ ਬਹਿ ਕੇ ਦੇਖਾਂਗੇ ਹੈ ਨਾ ਚੀਜ਼ਾਂ, ਫਿਰ ਨਜ਼ਾਰਾ ਇਹ ਆਉਂਦਾ, ਸਵਾਦ ਜਿਹਾ ਆਉਂਦਾ ਫਿਰ। ਹੋਰ ਹੁਣ ਤੂੰ ਨਾ ਹੈਗਾ, ਤੈਨੂੰ ਦੱਸਿਆ ਨਾ ਗੋਲੂ ਬਣਾਉਂਦਾ ਬਲੌਗ, ਮੈਨੂੰ ਬਾਹਲਾ ਵਧੀਆ ਲੱਗਦਾ, ਸਾਨੂੰ ਕਿਹੜਾ ਕੋਈ ਵਿਊ ਦਾ ਹੁੰਦਾ ਹਨਾ ਯਾਰ, ਆਪਾਂ ਕੋਈ ਵਿਊ ਦਾ ਨਹੀਂ ਹੈਗਾ। ਹੁਣ ਗੋਲੂ ਆ ਯਾਰ, 100-200 ਵਿਊ ਆਉਂਦੇ ਆ, ਪਰ ਹੁਣ ਵਾਰ ਵਾਰ ਮੈਂ ਉਹ ਵੀਡੀਓ ਚਲਾ ਕੇ ਦੇਖਦਾ ਸਾਡੀ ਜਿਹੜਾ ਬਲੌਗ ਬਣਾਇਆ ਨਾ ਆਪਦੇ, ਬੰਦਾ ਕੀਮਤੀ ਪਲ ਜੇ ਦੇਖਦਾ ਰਹਿੰਦਾ ਵੀ ਆਪਦੇ ਯਾਰ ਮਿੱਤਰ ਨਾਲ ਆਪਾਂ ਇੱਥੇ ਗਏ, ਇੰਜੋਏ ਕੀਤਾ ਹਨਾ। ਹੁਣ ਆਪਣੀਆਂ ਪੁਰਾਣੀਆਂ ਵੀਡੀਓ ਦੇਖ ਲਾ, ਲੈ ਸੱਚ ਮੇਰੀ ਨਾ ਪੁਰਾਣੀਆਂ ਵੀਡੀਓ ਸਾਰੀਆਂ ਸਾਂਭੀ ਬੈਠਾ। ਹੋਰ ਜਦੋਂ ਆਪਾਂ ਪਹਿਲਾਂ, ਮੈਂ ਨਾ ਜਦੋਂ ਭਰਾਵੋ ਮੈਂ ਨਾ ਸ਼ਹਿਰੀਆਂ ਬੋਲਦਾ ਹੁੰਦਾ ਸੀਗਾ ਟਿਕਟੌਕ ਤੇ, ਹਾਂ
ਉਦੋਂ ਨਾ ਅਸੀਂ ਬੜਾ ਮੇਰੇ ਕੋਲ ਪਲਟੀਨਾ ਮੋਟਰਸਾਈਕਲ ਮੈਂ ਬਿਠਾਉਣਾ ਇਹਨੂੰ ਨਾਲ ਉਹ ਵੀ ਚੀਜ਼ਾਂ ਹਨਾ ਉਹ ਵੀ ਜਦੋਂ ਮੈਂ ਇਹਨੂੰ ਫੋਨ ਲਾਉਣਾ ਸਾਰੀਆਂ ਚੀਜ਼ਾਂ ਅਸੀਂ ਗੱਲਾਂ ਬਾਤਾਂ ਤਾਜ਼ੀਆਂ ਕਰਨੀਆਂ ਹਨਾ ਫੋਨ 'ਤੇ ਘੰਟਾ ਘੰਟਾ ਕਈ ਵਾਰ ਲੱਗੇ ਰਹਿਣਾ ਅਤੇ ਉਹ ਵੀ ਬੜਾ ਸਵਾਦ ਆਉਂਦਾ ਫਿਰ ਐਂ ਗੱਲਾਂ ਬਾਤਾਂ ਕਰਨ ਦਾ ਹੁਣ ਜਦੋਂ ਤੂੰ ਆਹ ਵੀਡੀਓ ਦੇਖੇਗਾ ਜਾਂ ਮੈਂ ਦੇਖੂ ਖੋਲ੍ਹ ਕੇ ਉਹਦਾ ਨਜ਼ਾਰਾ ਹੀ ਆਈ ਜਾਂਦਾ ਯਾਰ ਬਿਮਲ ਨੂੰ ਆਪਾਂ ਆਹ ਮੁਲਾਕਾਤ ਕੀਤੀ ਸੀ ਇੱਥੇ ਗਏ ਸੀ ਐਂ ਕੀਤਾ ਸੀ ਇਹ ਯਾਦ ਹੀ ਬਣ ਜਾਂਦੀ ਆ ਇੱਕ ਕੰਮ ਕਾਰ ਫਿਰ ਕਿਵੇਂ ਆ ਉੱਥੇ ਸੈੱਟ ਵਧੀਆ ਵਧੀਆ ਹਾਂ ਟਾਈਲਾਂ ਦਾ ਕੰਮ ਕਰਦਾ ਮੈਂ ਉੱਥੇ ਅੱਛਾ ਆਪਣੇ ਨਾ ਆਸਟ੍ਰੇਲੀਆ 'ਚ ਜ਼ਿਆਦਾਤਰ ਇੱਦਾਂ ਦੇ ਕੰਮ ਹੀ ਚੱਲਦੇ ਆ ਟ੍ਰੇਡ ਵਾਲੇ ਜਿੱਦਾਂ ਕੋਈ ਟਾਈਲਾਂ ਦਾ ਕੰਮ ਕਰਦਾ ਕੋਈ ਰੰਗ ਦਾ ਕੰਮ ਕਰਦਾ ਕੋਈ ਕਾਰਪੇਂਟਰ ਆ ਮਕੈਨਿਕ ਇੱਥੇ ਉੱਥੇ ਹੈ ਨਾ ਆਹ ਚੀਜ਼ਾਂ ਦੀ ਜ਼ਿਆਦਾ ਮਤਲਬ ਉਹ ਆ ਰਿਸਪੈਕਟ ਕੰਸਟਰਕਸ਼ਨ ਦਾ ਕੰਮ ਆ ਜ਼ਿਆਦਾ ਹੈ ਨਾ ਕੰਸਟਰਕਸ਼ਨ ਦੇ ਕੰਮ ਨੂੰ ਗੋਰੇ ਰਿਸਪੈਕਟ ਕਰਦੇ ਆ ਆਪਣੇ ਕੰਮ ਤਾਂ ਹੋਰ ਵੀ ਵਧੀਆ ਵਧੀਆ ਨੇ ਪਰ ਕੰਸਟਰਕਸ਼ਨ ਨੂੰ ਸਭ ਤੋਂ ਵਧੀਆ ਮੰਨਦੇ ਆ ਆਪਣੇ ਬਹੁਤ ਹੋ ਗਈਆਂ ਗੱਲਾਂ ਬਾਤਾਂ ਚਲੋ ਖਾਣ ਪੀਣ ਚੱਲਦੇ ਆ ਲੈ ਵੀ ਬਿਮਲ ਸਿਆ ਹੁਣ ਕੋ ਖਾਣ ਪੀਣ ਚੱਲਦੇ ਆ ਠੀਕ ਆ ਹਾਂ ਹਾਂ ਬਈ ਕੀ ਖਾਣਾ ਪੀਣਾ ਪਹਿਲਾਂ ਮੈਨੂੰ ਐਂ ਦੱਸ ਜੂਸ ਪੀ ਕੇ ਆਉਂਦੇ ਆ ਪਹਿਲਾਂ ਤਾਂ ਚੱਲ ਕੇ ਚੱਲ ਜੂਸ ਜਾਸ ਪੀ ਕੇ ਆਉਣੇ ਆ ਹਾਂ ਕੁਛ ਖਾਣ ਪੀਣ ਦਾ ਆਪਾਂ ਦੇਖ ਲੈਂਦੇ ਆ ਹਾਂ ਕੀ ਖਾਣਾ ਚਲੋ ਠੀਕ ਹੈ ਵੀ ਸ਼ੇਰੋ ਮਿਲਦੇ ਆ ਫਿਰ ਤੁਹਾਨੂੰ ਵੀ ਆਪਾਂ ਹੈ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਭਰਾ ਦੇ ਨਾਲ ਆਪਾਂ ਆਸਟ੍ਰੇਲੀਆ ਦੇ ਬਾਰੇ